ਓਮ ਸ਼ਾਂਤੀ। ਅੱਜ 22/3/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਜਿੰਨਾ ਸਮੇਂ ਮਿਲੇ ਅੰਤਰਮੁਖੀ ਰਹਿਣ ਦਾ ਪੁਰਸ਼ਾਰਥ ਕਰੋ। ਬਾਹਰ ਮੁਕਤਾ ਵਿੱਚ ਨਾ ਆਓ, ਤਾਂ ਹੀ ਪਾਪ ਕੱਟ ਜਾਣਗੇ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਚੜ੍ਹਦੀ ਕਲਾ ਦਾ ਪੁਰਸ਼ਾਰਥ ਕੀ ਹੈ ਜੋ ਬਾਪ ਹਰ ਬੱਚੇ ਨੂੰ ਸਿਖਾਉਂਦੇ ਹੈ? ਅੱਜ ਬਾਬਾ ਦਾ ਉੱਤਰ ਹੈ, ਬੱਚੇ ਚੜ੍ਹਦੀ ਕਲਾ ਵਿੱਚ ਜਾਣਾ ਹੈ ਤਾਂ ਬੁੱਧੀ ਯੋਗ ਇੱਕ ਬਾਪ ਨਾਲ ਲਗਾਓ। ਫਲਾਨਾ ਇਵੇਂ ਦਾ ਹੈ, ਇਹ ਇਦਾਂ ਕਰਦਾ ਹੈ, ਇਸ ਵਿੱਚ ਇਹ ਅਵਗੁਣ ਹੈ। ਇਹਨਾਂ ਗੱਲਾਂ ਵਿੱਚ ਜਾਣ ਦੀ ਲੋੜ ਨਹੀਂ, ਅਵਗੁਣ ਵੇਖਣ ਤੋਂ ਮੂੰਹ ਮੋੜ ਲਵੋ। ਦੂਜੇ ਨੰਬਰ ਪਰ ਬਤਾਇਆ ਬਾਬਾ ਨੇ, ਕਦੇ ਵੀ ਪੜ੍ਹਾਈ ਨਾਲ ਰੁੱਸਣਾ ਨਹੀਂ। ਮੁਰਲੀ ਵਿੱਚ ਜੋ ਚੰਗੇ ਚੰਗੇ ਪੁਆਇੰਟਸ ਹੈ ਉਹਨਾਂ ਨੂੰ ਧਾਰਨ ਕਰਦੇ ਰਹੋ, ਤਾਂ ਹੀ ਚੜ੍ਹਦੀ ਕਲਾ ਵੀ ਹੋ ਸਕਦੀ ਹੈ। ਓਮ ਸ਼ਾਂਤੀ। ਹੁਣ ਇਹ ਹੈ ਗਿਆਨ ਦੀ ਕਲਾਸ ਅਤੇ ਸਵੇਰਾ ਹੈ ਯੋਗ ਦੀ ਕਲਾਸ। ਯੋਗ ਕਿਹੜਾ, ਇਹ ਬਹੁਤ ਚੰਗੀ ਤਰ੍ਹਾਂ ਸਮਝਾਉਣਾ ਹੈ, ਕਿਉਂਕਿ ਬਹੁਤ ਮਨੁੱਖ ਹੱਠ ਯੋਗ ਵਿੱਚ ਫਸੇ ਹੋਏ ਹੈ। ਉਹ ਹੱਠ ਯੋਗ ਜੋ ਮਨੁੱਖ ਸਿਖਾਉਂਦੇ ਹੈ, ਇਹ ਹੈ ਰਾਜਯੋਗ ਜੋ ਪਰਮਾਤਮਾ ਸਿਖਾਉਂਦੇ ਹੈ, ਕਿਉਂਕਿ ਰਾਜਾ ਤਾਂ ਕੋਈ ਹੈ ਨਹੀਂ ਜੋ ਰਾਜਯੋਗ ਸਿਖਾਏ। ਇਹ ਲਕਸ਼ਮੀ ਨਾਰਾਇਣ ਭਗਵਤੀ ਭਗਵਾਨ ਹੈ। ਰਾਜਯੋਗ ਸਿੱਖੇ ਤਾਂ ਹੀ ਤੇ ਭਵਿੱਖ ਵਿੱਚ ਭਗਵਤੀ ਭਗਵਾਨ ਬਣੇ। ਇਹ ਹੈ ਹੀ ਪੁਰਸ਼ੋਤਮ ਸੰਗਮ ਯੁੱਗ ਦੀ ਸਮਝਾਣੀ। ਇਸ ਨੂੰ ਕਿਹਾ ਜਾਂਦਾ ਹੈ ਪੁਰਸ਼ੋਤਮ। ਪੁਰਾਣੀ ਅਤੇ ਨਈ ਦੁਨੀਆ ਦੇ ਵਿੱਚ ਪੁਰਾਣੇ ਮਨੁੱਖ ਅਤੇ ਨਵੇਂ ਦੇਵਤਾ। ਇਸ ਵਕਤ ਸਭ ਮਨੁੱਖ ਪੁਰਾਣੇ ਹੈ, ਨਵੀਂ ਦੁਨੀਆ ਵਿੱਚ ਨਵੀਆਂ ਆਤਮਾਵਾਂ ਦੇਵਤਾ ਹੁੰਦੇ ਹੈ। ਉੱਥੇ ਮਨੁੱਖ ਨਹੀਂ ਕਹਾਂਗੇ, ਚਾਹੇ ਮਨੁੱਖ ਹੈ ਪਰ ਦੈਵੀ ਗੁਣ ਵਾਲੇ ਹੈ। ਇਸ ਲਈ ਦੇਵੀ ਦੇਵਤਾ ਕਿਹਾ ਜਾਂਦਾ ਹੈ, ਪਵਿੱਤਰ ਵੀ ਰਹਿੰਦੇ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹੈ, ਕਾਮ ਮਹਾਂਸ਼ਤਰੂ ਹੈ, ਇਹ ਰਾਵਣ ਦਾ ਪਹਿਲਾ ਪਹਿਲਾ ਪੂਤ ਹੈ। ਕੋਈ ਬਹੁਤ ਕ੍ਰੋਧ ਕਰਦੇ ਹੈ ਤਾਂ ਕਿਹਾ ਜਾਂਦਾ ਹੈ, ਭੌਂ ਭੌਂ ਕਿਉਂ ਕਰਦੇ ਹੋ, ਇਹ ਤੋਂ ਵਿਕਾਰ ਬੜੇ ਸ਼ਤਰੂ ਹੈ। ਲੋਭ ਮੋਹ ਦੇ ਲਈ ਭੌਂ ਭੌਂ ਨਹੀਂ ਕਹਾਂਗੇ। ਮਨੁੱਖਾਂ ਵਿੱਚ ਸਾਇੰਸ ਦੇ ਘਮੰਡ ਦੇ ਕਾਰਨ ਕ੍ਰੋਧ ਕਿੰਨਾ ਹੈ, ਇਹ ਵੀ ਬਹੁਤ ਨੁਕਸਾਨਦਾਇਕ ਹੈ। ਕਾਮ ਤਾਂ ਭੂਤ ਆਦਿ ਮਧਿਆ ਅੰਤ ਦੁੱਖ ਦੇਣ ਵਾਲਾ ਹੈ, ਇੱਕ ਦੂਜੇ 'ਤੇ ਕਾਮ ਕੁਟਾਰੇ ਚਲਾਉਂਦੇ ਹੈ। ਇਹ ਸਾਰੀਆਂ ਗੱਲਾਂ ਸਮਝ ਕੇ ਫਿਰ ਦੂਜਿਆਂ ਨੂੰ ਸਮਝਾਉਣੀਆਂ ਹੈ। ਤੁਹਾਡੇ ਸਿਵਾਏ ਬਾਪ ਤੋਂ ਵਰਸਾ ਲੈਣ ਦਾ ਸੱਚਾ ਰਾਹ ਤਾਂ ਕੋਈ ਦੱਸ ਨਹੀਂ ਸਕਦਾ, ਤੁਸੀਂ ਬੱਚੇ ਹੀ ਦੱਸ ਸਕਦੇ ਹੈ। ਬੇਹਦ ਦੇ ਬਾਪ ਤੋਂ ਇੰਨਾ ਵੱਡਾ ਵਰਸਾ ਕਿਵੇਂ ਮਿਲਦਾ ਹੈ? ਜੇ ਕਿਸੇ ਨੂੰ ਸਮਝਾ ਨਹੀਂ ਸਕਦੇ ਤਾਂ ਜ਼ਰੂਰ ਪੜ੍ਹਾਈ 'ਤੇ ਧਿਆਨ ਨਹੀਂ ਹੈ, ਬੁੱਧੀ ਯੋਗ ਕਿਤੇ ਭਟਕਦਾ ਹੈ। ਯੁੱਧ ਦਾ ਮੈਦਾਨ ਹੈ ਨਾ, ਇਵੇਂ ਕੋਈ ਨਾ ਸਮਝੇ ਕਿ ਸਹਿਜ ਗੱਲ ਹੈ। ਮਨ ਦੇ ਤੂਫਾਨ ਜਾਂ ਵਿਕਲਪ ਢੇਰ ਦੇ ਢੇਰ ਨਾ ਚਾਹੁੰਦੇ ਹੋਏ ਵੀ ਆਉਣਗੇ, ਇਸ ਵਿੱਚ ਮੂੰਝਣਾ ਨਹੀਂ ਹੈ। ਯੋਗ ਵੱਲ ਨਾਲ ਹੀ ਮਾਇਆ ਭੱਜੇਗੀ, ਇਸ ਵਿੱਚ ਪੁਰਸ਼ਾਰਥ ਬਹੁਤ ਹੈ। ਕੰਮ ਕਾਰ ਵਿੱਚ ਕਿੰਨਾ ਥੱਕ ਜਾਂਦੇ ਹੈ, ਕਿਉਂਕਿ ਦੇਹ ਅਭਿਮਾਨ ਵਿੱਚ ਰਹਿੰਦੇ ਹੈ। ਦੇਹ ਅਭਿਮਾਨ ਦੇ ਕਾਰਨ ਬਹੁਤ ਗੱਲਬਾਤ ਕਰਨੀ ਪੈਂਦੀ ਹੈ। ਬਾਪ ਕਹਿੰਦੇ ਹੈ, ਦੇਹੀ ਅਭਿਮਾਨੀ ਬਣੋ। ਦੇਹੀ ਅਭਿਮਾਨੀ ਬਣਨ ਨਾਲ ਜੋ ਬਾਪ ਸਮਝਾਉਂਦੇ ਹੈ ਉਹੀ ਹੋਰਨਾਂ ਨੂੰ ਸਮਝਾਉਣਗੇ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਹੀ ਸਿੱਖਿਆ ਦੇਣਗੇ ਕਿ ਬੱਚੇ ਬਾਹਰ ਮੁਖੀ ਨਹੀਂ ਹੋਣਾ ਚਾਹੀਦਾ, ਅੰਤਰ ਮੁਖੀ ਹੋਣਾ ਹੈ। ਭਾਵੇਂ ਕਿਧਰੇ ਬਾਹਰ ਮੁਖੀ ਹੋਣਾ ਵੀ ਪਏ, ਫਿਰ ਵੀ ਜਿੰਨੀ ਫੁਰਸਤ ਮਿਲੇ ਕੋਸ਼ਿਸ਼ ਕਰ, ਅੰਤਰਮੁਖੀ ਹੋਣਾ ਚਾਹੀਦਾ ਹੈ, ਤਾਂ ਹੀ ਪਾਪ ਕੱਟ ਜਾਣਗੇ। ਨਹੀਂ ਤਾਂ
ਤਾਂ ਨਾ ਪਾਪ ਕੱਟੇ ਜਾਣਗੇ ਨਾ ਊਂਚ ਪਦਵੀ ਪਾਵਾਂਗੇ। ਜਨਮਾਂ ਜਨਮਾਂ ਦੇ ਪਾਪ ਸਿਰ 'ਤੇ ਹੈ। ਸਭ ਤੋਂ ਜ਼ਿਆਦਾ ਪਾਪ ਤਾਂ ਬ੍ਰਾਹਮਣਾਂ ਦੇ ਹੈ, ਉਹਨਾਂ ਵਿੱਚ ਵੀ ਨੰਬਰਵਾਰ ਹੈ। ਜੋ ਬਹੁਤ ਬੱਚੇ ਉੱਚੇ ਬਣਦੇ ਹੈ ਉਹੀ ਬਿਲਕੁਲ ਨੀਚ ਵੀ ਬਣਦੇ ਹੈ। ਜੋ ਪਹਿਲਾ ਪ੍ਰਿੰਸ ਬਣਦੇ ਹੈ ਉਹਨਾਂ ਨੇ ਹੀ ਫਿਰ ਬੇਗਰ ਵੀ ਬਣਨਾ ਹੈ। ਡਰਾਮੇ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਜੋ ਪਹਿਲੇ ਆਏ ਹੈ ਉਹ ਪਛਾੜੀ ਬਚਾਉਣਗੇ। ਜੋ ਪਹਿਲੇ ਪਾਵਨ ਬਣਦੇ ਹੈ ਉਹੀ ਪਹਿਲੇ ਪਾਤਿਤ ਬਣਦੇ ਹੈ। ਬਾਪ ਕਹਿੰਦੇ ਹੈ ਮੈਂ ਵੀ ਆਉਂਦਾ ਹੀ ਹਾਂ ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ, ਉਹੀ ਜਦੋਂ ਬਾਨਪ੍ਰਸਤ ਅਵਸਥਾ ਹੈ। ਇਸ ਸਮੇਂ ਛੋਟੇ ਵੱਡੇ ਸਭ ਦੀ ਬਾਨਪ੍ਰਸਤ ਅਵਸਥਾ ਹੈ। ਬਾਪ ਦੇ ਲਈ ਗਾਇਨ ਵੀ ਹੈ ਸਭ ਦੀ ਸਦਗਤੀ ਕਰਨ ਵਾਲਾ, ਉਹ ਹੁੰਦੀ ਹੈ ਪੁਰਸ਼ੋਤਮ ਸੰਗਮ ਯੁੱਗ। ਅਤੇ ਇਹ ਪੁਰਸ਼ੋਤਮ ਸੰਗਮ ਯੁੱਗ ਵੀ ਯਾਦ ਰੱਖਣਾ ਚਾਹੀਦਾ ਹੈ। ਜਿਵੇਂ ਮਨੁੱਖਾਂ ਨੂੰ ਕਲਯੁੱਗ ਯਾਦ ਹੈ, ਸੰਗਮ ਯੁੱਗ ਸਿਰਫ ਤੁਹਾਨੂੰ ਯਾਦ ਹੈ, ਤੁਹਾਡੇ ਵਿੱਚ ਵੀ ਨੰਬਰਵਾਰ ਹੈ। ਬਹੁਤਿਆਂ ਨੂੰ ਤਾਂ ਆਪਣਾ ਗੋਰਖ ਧੰਦਾ ਹੀ ਯਾਦ ਰਹਿੰਦਾ ਹੈ। ਬਾਹਰ ਤੋਂ ਮੁੱਖ ਹਟਿਆ ਹੋਇਆ ਹੋਵੇ ਤਾਂ ਧਾਰਨਾ ਵੀ ਹੋ ਜਾਵੇ, ਇਹ ਕਹਾਵਤ ਹੈ। ਅੰਤ ਕਾਲ ਜੋ ਇਸਤਰੀ ਸਿਮਰੇ, ਜੋ ਗੀਤ ਜਾਂ ਸ਼ਲੋਕ ਚੰਗੇ ਚੰਗੇ ਹੈ ਜਿਨ੍ਹਾਂ ਦਾ ਸਾਡੇ ਗਿਆਨ ਨਾਲ ਕਨੈਕਸ਼ਨ ਹੈ ਉਹ ਰੱਖਣੇ ਚਾਹੀਦੇ ਹੈ। ਜਿਵੇਂ ਛੀ ਛੀ ਦੁਨੀਆਂ ਤੋਂ ਜਾਣਾ ਹੀ ਪਵੇਗਾ, ਦੂਸਰਿਆਂ ਨੈਣਹੀਨ ਨੂੰ ਰਾਹ ਦਿਖਾਓ, ਇਵੇਂ ਇਵੇਂ ਦੇ ਗੀਤ ਆਪਣੇ ਕੋਲ ਰੱਖਣੇ ਚਾਹੀਦੇ ਹੈ। ਇਹ ਬਣਾਏ ਤਾਂ ਮਨੁੱਖਾਂ ਨੇ ਹੈ ਜਿਨ੍ਹਾਂ ਨੂੰ ਇਸ ਸੰਗਮ ਦਾ ਪਤਾ ਹੀ ਨਹੀਂ ਹੈ। ਇਸ ਸਮੇਂ ਸਭ ਗਿਆਨ ਨੈਣਹੀਨ ਅੰਨੇ ਹੈ। ਜਦੋਂ ਪਰਮਾਤਮਾ ਆਵੇ ਉਦੋਂ ਆ ਕੇ ਰਾਹ ਦਿਖਾਵੇ। ਇਕੱਲੇ ਨੂੰ ਤਾਂ ਨਹੀਂ ਵਿਖਾਉਣਗੇ, ਇਹ ਹੈ ਉਹਨਾਂ ਦੀ ਸ਼ਿਵ ਸ਼ਕਤੀ ਸੈਨਾ। ਇਹ ਸ਼ਕਤੀ ਸੈਨਾ ਕੀ ਕਰਦੀ ਹੈ? ਸ਼੍ਰੀਮਤ ਤੇ ਨਈ ਦੁਨੀਆਂ ਦੀ ਸਥਾਪਨਾ। ਤੁਸੀਂ ਵੀ ਰਾਜੋਗ ਸਿੱਖਦੇ ਹੋ ਜੋ ਭਗਵਾਨ ਤੋਂ ਸਿਵਾਏ ਕੋਈ ਸਿਖਾ ਨਹੀਂ ਸਕਦਾ। ਭਗਵਾਨ ਤਾਂ ਨਿਰਾਕਾਰ ਹੈ, ਉਹਨਾਂ ਦਾ ਆਪਣਾ ਸਰੀਰ ਤਾਂ ਹੈ ਨਹੀਂ, ਬਾਕੀ ਜੋ ਵੀ ਹੈ ਸਭ ਸਰੀਰਧਾਰੀ ਹੈ। ਊਂਚ ਤੋਂ ਊਂਚ ਤਾਂ ਇੱਕ ਬਾਪ ਹੀ ਹੈ ਜੋ ਤੁਹਾਨੂੰ ਪੜ੍ਹਾਉਂਦੇ ਹੈ, ਇਹ ਤਾਂ ਤੁਸੀਂ ਹੀ ਜਾਣਦੇ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਹੈ ਤਾਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਹੈ, ਵੱਡੇ ਵੱਡੇ ਅਖਬਾਰ ਵਿੱਚ ਪਾਉਣਾ ਚਾਹੀਦਾ ਹੈ। ਮਨੁੱਖ ਜੋ ਯੋਗ ਸਿਖਾਉਂਦੇ ਹੈ ਉਹ ਹੈ ਹੱਠ ਯੋਗ। ਰਾਜਯੋਗ ਇੱਕ ਪਰਮ ਪਿਤਾ ਪਰਮਾਤਮਾ ਬਾਪ ਹੀ ਸਿਖਾਉਂਦੇ ਹੈ, ਜਿਸ ਨਾਲ ਮੁਕਤੀ ਜੀਵਨ ਮੁਕਤੀ ਮਿਲਦੀ ਹੈ। ਹੱਠ ਯੋਗ ਨਾਲ ਦੋਵੇਂ ਨਹੀਂ ਮਿਲਦੇ, ਉਹ ਹੈ ਹੱਠ ਯੋਗ ਜੋ ਕਿ ਪਰੰਪਰਾ ਤੋਂ ਚੱਲਿਆ ਆਉਂਦਾ ਹੈ, ਪੁਰਾਣਾ ਹੈ। ਇਹ ਰਾਜਯੋਗ ਸਿਰਫ ਸੰਗਮ ਯੁੱਗ 'ਤੇ ਬਾਪ ਸਿਖਾਉਂਦੇ ਹੈ। ਬਾਪ ਨੇ ਸਮਝਾਇਆ ਹੈ ਜਦੋਂ ਭਾਸ਼ਣ ਕਰਦੇ ਹੋ ਤਾਂ ਟੌਪਿਕਸ ਕੱਢਣੇ ਚਾਹੀਦੇ ਹੈ, ਪਰ ਇਵੇਂ ਕਰਦੇ ਨਹੀਂ ਹੈ। ਸ਼੍ਰੀਮਤ 'ਤੇ ਚੱਲਣ ਵਾਲੇ ਬਹੁਤ ਥੋੜ੍ਹੇ ਹੈ। ਪਹਿਲੇ ਭਾਸ਼ਣ ਲਿਖੋ ਫਿਰ ਪੱਕਾ ਕਰੋ ਤਾਂ ਯਾਦ ਆਵੇਗਾ। ਤੁਸੀਂ ਔਰਲੀ ਮਾਨਾ ਜਵਾਨੀ ਭਾਸ਼ਣ ਕਰਨਾ ਹੈ, ਤੁਸੀਂ ਪੜ੍ਹ ਕੇ ਤਾਂ ਸੁਣਾਉਣਾ ਨਹੀਂ ਹੈ। ਵਿਚਾਰ ਸਾਗਰ ਮੰਥਨ ਕਰ, ਭਾਸ਼ਣ ਕਰਨ ਦੀ ਤਾਕਤ ਉਸ ਵਿੱਚ ਰਹੇਗੀ ਜੋ ਆਪਣੇ ਨੂੰ ਆਤਮਾ ਸਮਝ ਕੇ ਬੋਲਦੇ ਹੈ। ਅਸੀਂ ਭਰਾਵਾਂ ਨੂੰ ਸੁਣਾਉਂਦੇ ਹਾਂ, ਇਸ ਤਰ੍ਹਾਂ ਸਮਝਣ ਨਾਲ ਤਾਕਤ ਰਹੇਗੀ। ਇਹ ਬੜੀ ਮੰਜ਼ਿਲ ਹੈ ਨਾ, ਪਾਨ ਦਾ ਬੀੜਾ ਉਠਾਉਣਾ ਕੋਈ ਮਾਸੀ ਦਾ ਘਰ ਨਹੀਂ ਹੈ। ਜਿੰਨਾ ਤੁਸੀਂ ਰੁਸਤਮ ਬਣੋਗੇ ਉਨਾ ਹੀ ਮਾਇਆ ਦਾ ਬਾਰ ਹੋਵੇਗਾ। ਅੰਗਦ ਅਤੇ ਮਹਾਵੀਰ ਵੀ ਰੁਸਤਮ ਹੈ ਤਾਂ ਕਿਹਾ ਕਿ ਰਾਵਣ ਵੀ ਸਾਨੂੰ ਹਿਲਾ ਕੇ ਵਿਖਾਏ। ਇਹ ਸਥੂਲ ਗੱਲਾਂ ਨਹੀਂ, ਸ਼ਾਸਤਰਾਂ ਵਿੱਚ ਇਹ ਦੰਤ ਕਥਾਵਾਂ ਹੈ। ਇਹ ਕੰਨ ਜੋ ਪਰਮਾਤਮਾ ਬਾਪ ਦਾ ਸੁਨਹਿਰੀ ਗਿਆਨ ਸੁਣਨ ਵਾਲੇ ਹੈ, ਉਹ ਦੰਤ ਕਥਾਵਾਂ ਸੁਣ ਸੁਣ ਕੇ ਇੱਕਦਮ ਪੱਥਰ ਬਣ ਗਏ ਹੈ। ਭਗਤੀ ਮਾਰਗ ਵਿੱਚ ਮੱਥਾ ਵੀ ਘਸਾਇਆ ਪਰ ਅਤੇ ਪੈਸਾ ਵੀ ਗਵਾਇਆ,
ਪੌੜੀ ਥੱਲੇ ਹੀ ਉਤਰਦੇ ਆਏ 84 ਜਨਮਾਂ ਦੀ ਵੀ ਕਹਾਣੀ ਹੈ। ਜੋ ਵੀ ਭਗਤੀ ਕੀਤੀ ਹੈ ਹੇਠਾਂ ਹੀ ਉਤਰਦੇ ਹਾਂ। ਹੁਣ ਬਾਪ ਉੱਪਰ ਚੜ੍ਹਨਾ ਸਿਖਾਉਂਦੇ ਹੈ, ਹੁਣ ਤੁਹਾਡੀ ਚੜ੍ਹਦੀ ਕਲਾ ਹੈ। ਜੇਕਰ ਬੁੱਧੀ ਯੁੱਗ ਬਾਪ ਦੇ ਨਾਲ ਨਹੀਂ ਲਾਵਾਂਗੇ ਤਾਂ ਹੇਠਾਂ ਹੀ ਡਿੱਗਾਂਗੇ। ਬਾਪ ਨੂੰ ਯਾਦ ਕਰਦੇ ਹੋ ਤਾਂ ਉੱਪਰ ਚੜ੍ਹਦੇ ਹੋ। ਮਿਹਨਤ ਬਹੁਤ ਹੈ ਪਰ ਬੱਚੇ ਗਫਲਤ ਕਰਦੇ ਹੈ। ਧੰਦੇ ਵਿੱਚ ਬਾਪ ਨੂੰ ਅਤੇ ਨੌਲੇਜ ਨੂੰ ਭੁੱਲ ਜਾਂਦੇ ਹੈ। ਮਾਇਆ ਤੂਫਾਨ ਵਿੱਚ ਲਿਆਉਂਦੀ ਹੈ, ਫਲਾਨਾ ਇਸ ਤਰ੍ਹਾਂ ਦਾ ਹੈ, ਇਹ ਕਰਦਾ ਹੈ, ਬ੍ਰਾਹਮਣੀ ਐਸੀ ਹੈ, ਇਸ ਵਿੱਚ ਇਹ ਅਵਗੁਣ ਹੈ। ਅਰੇ ਇਸ ਵਿੱਚ ਤੁਹਾਡਾ ਕੀ ਜਾਂਦਾ ਹੈ? ਸਰਵਗੁਣ ਸੰਪੰਨ ਤਾਂ ਕੋਈ ਬਣਿਆ ਨਹੀਂ ਹੈ। ਕਿਸੇ ਦਾ ਅਵਗੁਣ ਨਾ ਦੇਖ ਗੁਣ ਗ੍ਰਹਿਣ ਕਰਨਾ ਹੈ। ਅਵਗੁਣ ਦੇਖੋ ਤਾਂ ਮੂੰਹ ਮੁੜ ਜਾ ਲਓ। ਮੁਰਲੀ ਤਾਂ ਮਿਲਦੀ ਹੈ ਨਾ, ਉਸਨੂੰ ਸੁਣਦੇ ਧਾਰਨ ਕਰਦੇ ਰਹੋ। ਬੁੱਧੀ ਨਾਲ ਸਮਝਣਾ ਹੈ, ਇਹ ਬਾਬਾ ਦੀ ਗੱਲ ਬਿਲਕੁਲ ਠੀਕ ਹੈ। ਜੋ ਗੱਲ ਠੀਕ ਨਾ ਲੱਗੇ ਛੱਡ ਦੇਣੀ ਚਾਹੀਦੀ ਹੈ। ਪੜ੍ਹਾਈ ਨਾਲ ਕਦੇ ਰੁੱਸਣਾ ਨਹੀਂ ਚਾਹੀਦਾ ਹੈ। ਬ੍ਰਾਹਮਣੀ ਨਾਲ ਜਾਂ ਪੜ੍ਹਾਈ ਨਾਲ ਰੁੱਸਣਾ ਮਤਲਬ ਬਾਪ ਨਾਲ ਰੁੱਸਣਾ। ਇੱਦਾਂ ਦੇ ਬੜੇ ਬੱਚੇ ਹੈ ਜੋ ਫਿਰ ਸੈਂਟਰ 'ਤੇ ਨਹੀਂ ਆਉਂਦੇ ਹੈ, ਚਾਹੇ ਕੋਈ ਕਿਵੇਂ ਦਾ ਵੀ ਹੈ। ਤੁਹਾਡਾ ਕੰਮ ਮੁਰਲੀ ਨਾਲ ਹੈ। ਮੁਰਲੀ ਜੋ ਸੁਣਾਏ ਉਹਨਾਂ ਵਿੱਚੋਂ ਚੰਗੀ ਚੰਗੀਆਂ ਧਾਰਨਾ ਗੱਲਾਂ ਕਰਨੀਆਂ ਹੈ। ਕਿਸੇ ਨਾਲ ਗੱਲ ਕਰਨ ਵਿੱਚ ਮਜ਼ਾ ਨਹੀਂ ਆਉਂਦਾ ਤਾਂ ਸ਼ਾਂਤ ਰਹਿ ਕੇ ਮੁਰਲੀ ਸੁਣ ਕੇ ਚਲੇ ਜਾਣਾ ਚਾਹੀਦਾ ਹੈ। ਰੁੱਸਣਾ ਨਹੀਂ ਚਾਹੀਦਾ ਕਿ ਅਸੀਂ ਇੱਥੇ ਨਹੀਂ ਆਵਾਂਗੇ। ਨੰਬਰਵਾਰ ਤਾਂ ਹੈ, ਇਹ ਵੀ ਚੰਗਾ ਹੈ ਜੋ ਸਵੇਰੇ ਤੁਸੀਂ ਯਾਦ ਵਿੱਚ ਬੈਠਦੇ ਹੋ। ਬਾਬਾ ਆ ਕੇ ਸਰਚ ਲਾਈਟ ਦਿੰਦੇ ਹੈ, ਬਾਬਾ ਅਨੁਭਵ ਸੁਣਾਉਂਦੇ ਹੈ। ਜਦੋਂ ਬੈਠਦੇ ਹਾਂ ਤਾਂ ਜੋ ਲਿਖਣ ਵਾਲੇ ਬੱਚੇ ਹੈ ਉਹ ਪਹਿਲੇ ਯਾਦ ਆਉਂਦੇ ਹੈ, ਚਾਹੇ ਵਲਾਇਤ ਵਿੱਚ ਹੈ ਕਲਕੱਤੇ ਵਿੱਚ ਹੈ ਤਾਂ ਪਹਿਲੇ ਲਿਖਵਣ ਨੂੰ ਯਾਦ ਕਰ ਸਰਚ ਲਾਈਟ ਦਿੰਦੇ ਹੈ। ਬੱਚੇ ਤਾਂ ਭਾਵੇਂ ਇੱਥੇ ਵੀ ਬੈਠੇ ਹੈ ਪਰ ਬਾਬਾ ਯਾਦ ਉਹਨਾਂ ਨੂੰ ਕਰਦੇ ਹੈ ਜੋ ਸਰਵਿਸ ਕਰਦੇ ਹੈ। ਜਿਵੇਂ ਚੰਗੇ ਬੱਚੇ ਸਰੀਰ ਛੱਡ ਜਾਂਦੇ ਹੈ ਤਾਂ ਉਹਨਾਂ ਦੀ ਆਤਮਾ ਨੂੰ ਵੀ ਬਾਬਾ ਯਾਦ ਕਰਦੇ ਹੈ, ਬਹੁਤ ਸਰਵਿਸ ਕਰਕੇ ਗਏ ਹੈ। ਤਾਂ ਇੱਥੇ ਹੀ ਕਿਸੇ ਨੇੜੇ ਘਰ ਵਿੱਚ ਹੋਣਗੇ ਤਾਂ ਉਹਨਾਂ ਨੂੰ ਵੀ ਬਾਬਾ ਯਾਦ ਕਰਦੇ ਸਰਚ ਲਾਈਟ ਦਿੰਦੇ ਹੈ। ਹੈ ਤਾਂ ਸਭ ਬਾਬਾ ਦੇ ਬੱਚੇ ਪਰ ਕਿਹੜੇ ਕਿਹੜੇ ਚੰਗੀ ਸਰਵਿਸ ਕਰਦੇ ਹੈ ਇਹ ਤਾਂ ਸਭ ਜਾਣਦੇ ਹੈ। ਬਾਬਾ ਨੇ ਕਿਹਾ ਇੱਥੇ ਸਰਚ ਲਾਈਟ ਦਿਓ ਤਾਂ ਦਿੰਦੇ ਹੈ। ਦੋ ਇੰਜਣ ਹੈ ਨਾ, ਇਹ ਵੀ ਇਤਨੀ ਉੱਚੀ ਪਦਵੀ ਪਾਉਂਦੇ ਹੈ ਤਾਂ ਜ਼ਰੂਰ ਤਾਕਤ ਹੋਵੇਗੀ। ਭਾਵੇਂ ਬਾਬਾ ਕਹਿੰਦੇ ਹੈ ਸਦਾ ਇਹੀ ਸਮਝੋ ਕਿ ਸ਼ਿਵ ਬਾਬਾ ਪੜ੍ਹਾਉਂਦੇ ਹੈ ਤਾਂ ਉਹਨਾਂ ਦੀ ਯਾਦ ਰਹਿਣੀ ਚਾਹੀਦੀ ਹੈ। ਬਾਕੀ ਇਹ ਤਾਂ ਸਮਝਦੇ ਹੋ ਇੱਥੇ ਦੋ ਬੱਤੀਆਂ ਹੈ, ਹੋਰ ਤਾਂ ਕਿਸੇ ਵਿੱਚ ਦੋ ਬੱਤੀਆਂ ਨਹੀਂ ਹੈ। ਇਸ ਲਈ ਇੱਥੇ ਦੋ ਬੱਤੀਆਂ ਦੇ ਸਨਮੁੱਖ ਆਉਂਦੇ ਹੈ ਤਾਂ ਚੰਗੀ ਤਰ੍ਹਾਂ ਨਾਲ ਰਿਫਰੈਸ਼ ਹੁੰਦੇ ਹੈ। ਸਮੇਂ ਵੀ ਸਵੇਰ ਦਾ ਚੰਗਾ ਹੁੰਦਾ ਹੈ। ਇਸ਼ਨਾਨ ਕਰ ਛੱਤ 'ਤੇ ਇਕੱਲੇ ਚਲੇ ਜਾਣਾ ਚਾਹੀਦਾ ਹੈ। ਬਾਬਾ ਨੇ ਇਸ ਲਈ ਵੱਡੀਆਂ ਵੱਡੀਆਂ ਛੱਤਾਂ ਬਣਵਾਈਆਂ ਹੈ। ਪਾਦਰੀ ਲੋਕ ਵੀ ਇੱਕਦਮ ਸਾਇਲੈਂਸ ਵਿੱਚ ਰਹਿੰਦੇ ਹੈ। ਇਹ ਜ਼ਰੂਰ ਕ੍ਰਾਈਸਟ ਨੂੰ ਯਾਦ ਕਰਦੇ ਹੋਣਗੇ, ਗੌਡ ਨੂੰ ਜਾਣਦੇ ਨਹੀਂ। ਜੇਕਰ ਗੌਡ ਨੂੰ ਯਾਦ ਕਰਦੇ ਹੋਣਗੇ ਤਾਂ ਸ਼ਿਵਲਿੰਗ ਹੀ ਬੁੱਧੀ ਵਿੱਚ ਆਉਂਦਾ ਹੈ, ਆਪਣੀ ਮਸਤੀ ਵਿੱਚ ਜਾਂਦੇ ਹੈ ਤਾਂ ਉਹਨਾਂ ਤੋਂ ਗੁਣ ਲੈਣੇ ਇਹ ਹੈ। ਦੱਤਾਤ੍ਰੇਅ ਦੇ ਲਈ ਵੀ ਕਹਿੰਦੇ ਹੈ, ਉਹ ਸਭ ਤੋਂ ਗੁਣ ਉਠਾਉਂਦੇ ਹੈ। ਤੁਸੀਂ ਬੱਚੇ ਵੀ ਨੰਬਰਵਾਰ ਦੱਤਾਤ੍ਰੇਅ ਹੈ। ਇੱਥੇ ਇਕਾਂਤ ਬਹੁਤ ਚੰਗਾ ਹੈ, ਜਿੰਨੀ ਚਾਹੋ ਕਮਾਈ ਕਰ ਸਕਦੇ ਹੈ। ਬਾਹਰ ਦਾ ਗੋਰਖ ਧੰਦਾ ਯਾਦ ਆਵੇਗਾ, 4 ਵਜੇ ਤਾਂ ਸਮੇਂ ਬਹੁਤ ਵਧੀਆ ਹੈ। ਬਾਹਰ ਕਿਧਰੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ, ਘਰ ਵਿੱਚ ਬੈਠੇ ਹੈ। ਪਹਿਰਾ ਵੀ ਹੈ,
ਜੱਗ ਵਿੱਚ ਪਹਿਰਾ ਵੀ ਰੱਖਣਾ ਪੈਂਦਾ ਹੈ। ਯੱਗੇ ਦੀ ਹਰ ਚੀਜ਼ ਦੀ ਸੰਭਾਲ ਕਰਨੀ ਪੈਂਦੀ ਹੈ, ਕਿਉਂਕਿ ਯੱਗੇ ਦੀ ਇੱਕ ਇੱਕ ਚੀਜ਼ ਬਹੁਤ ਬਹੁਤ ਵੈਲਿਊਬਲ ਹੈ। ਇਸ ਲਈ ਸੇਫਟੀ ਫਸਟ, ਇੱਥੇ ਕੋਈ ਆਉਣਗੇ ਨਹੀਂ ਸਮਝਦੇ ਹੈ, ਇੱਥੇ ਜੇਵਰ ਆਦਿ ਕੁਛ ਹੈ ਨਹੀਂ, ਇਹ ਮੰਦਿਰ ਵੀ ਨਹੀਂ ਹੈ। ਅੱਜ ਕੱਲ੍ਹ ਚੋਰੀ ਸਭ ਜਗ੍ਹਾ ਹੁੰਦੀ ਹੈ, ਵਿਲਾਇਤ ਵਿੱਚ ਵੀ ਪੁਰਾਣੀਆਂ ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਹੈ। ਜ਼ਮਾਨਾ ਬਹੁਤ ਡਰਟੀ ਹੈ, ਕਾਮ ਮਹਾਂਸ਼ਤਰੂ ਹੈ, ਉਹ ਸਭ ਕੁਛ ਭੁਲਾ ਦਿੰਦਾ ਹੈ। ਤਾਂ ਤੁਹਾਡੇ ਸਵੇਰੇ ਇੱਕ ਕਲਾਸ ਹੁੰਦਾ ਹੈ ਐਵਰ ਹੈਲਦੀ ਬਣਨ ਦਾ, ਅਤੇ ਫਿਰ ਹੈ ਐਵਰ ਵੈਲਦੀ ਬਣਨ ਦਾ। ਬਾਪ ਨੂੰ ਯਾਦ ਵੀ ਕਰਨਾ ਹੈ ਅਤੇ ਵਿਚਾਰ ਸਾਗਰ ਮੰਥਨ ਵੀ ਕਰਨਾ ਹੈ। ਬਾਪ ਨੂੰ ਯਾਦ ਕਰਾਂਗੇ ਤਾਂ ਵਰਸਾ ਵੀ ਯਾਦ ਆਏਗਾ। ਇਹ ਯੁਕਤੀ ਬਹੁਤ ਸਹਿਜ ਹੈ, ਜਿਵੇਂ ਬਾਪ ਬੀਜ ਰੂਪ ਹੈ, ਝਾੜ ਦੇ ਆਦਿ ਮਧਿਅੰਤ ਨੂੰ ਜਾਣਦੇ ਹੈ। ਤੁਹਾਡਾ ਵੀ ਧੰਦਾ ਇਹ ਹੈ, ਬੀਜ ਨੂੰ ਯਾਦ ਕਰਨ ਨਾਲ ਪਵਿੱਤਰ ਬਣਾਂਗੇ, ਚੱਕਰ ਨੂੰ ਯਾਦ ਕਰਾਂਗੇ ਤਾਂ ਚੱਕਰਵਰਤੀ ਰਾਜਾ ਬਣਾਂਗੇ, ਮਤਲਬ ਧਨ ਮਿਲੇਗਾ। ਰਾਜਾ ਵਿਕਰਮਜੀਤ ਦੋ ਸੰਬਤ ਮਿਕਸ ਕਰ ਦਿੱਤੇ ਹੈ। ਰਾਵਣ ਆਇਆ ਤਾਂ ਵਿਕਰਮ ਸੰਬਤ ਸ਼ੁਰੂ ਹੋਇਆ, ਡੇਟ ਬਦਲ ਗਈ। ਉਹ ਚੱਲਦਾ ਹੈ 1 ਤੋਂ 2500 ਸਾਲ, ਫਿਰ ਚੱਲਦਾ ਹੈ 2500 ਤੋਂ 5000 ਸਾਲ ਤੱਕ। ਹਿੰਦੂਆਂ ਨੂੰ ਤਾਂ ਆਪਣੇ ਧਰਮ ਦਾ ਪਤਾ ਨਹੀਂ, ਇਹ ਇੱਕ ਹੀ ਧਰਮ ਅਸਲੀ ਹੈ, ਬਾਕੀ ਆਪਣੇ ਧਰਮ ਨੂੰ ਭੁੱਲ ਅਧਰਮੀ ਬਣੇ ਹੈ, ਧਰਮ ਸਥਾਪਕ ਨੂੰ ਵੀ ਭੁੱਲੇ ਹੈ। ਤੁਸੀਂ ਸਮਝਾ ਸਕਦੇ ਹੋ ਕਿ ਆਰਿਆ ਸਮਾਜ ਕਦੋਂ ਸ਼ੁਰੂ ਹੋਇਆ? ਆਰਿਆ ਸੁਧਰੇ ਹੋਏ ਸਤਯੁਗ ਵਿੱਚ ਹੈ, ਅਨ ਆਰਿਆ ਹੁਣ ਹੈ। ਹੁਣ ਬਾਪ ਆ ਕੇ ਤੁਹਾਨੂੰ ਸੁਧਾਰਦੇ ਹੈ, ਤੁਹਾਡੀ ਬੁੱਧੀ ਵਿੱਚ ਸਾਰਾ ਚੱਕਰ ਹੈ। ਜੋ ਚੰਗੇ ਪੁਰਸ਼ਾਰਥੀ ਆ ਖੁਦ ਵੀ ਜਾਣਦੇ ਹੈ, ਹੋਰਨਾਂ ਨੂੰ ਵੀ ਪੁਰਸ਼ਾਰਥ ਕਰਾਉਂਦੇ ਹੈ। ਬਾਪ ਹੈ ਗਰੀਬ ਨਿਵਾਸ, ਪਿੰਡ ਵਾਲਿਆਂ ਨੂੰ ਸੰਦੇਸ਼ ਦੇਣਾ ਹੈ। 6 ਚਿੱਤਰ ਕਾਫੀ ਹੈ, 84 ਦੇ ਚੱਕਰ ਦਾ ਚਿੱਤਰ ਬਹੁਤ ਵਧੀਆ ਹੈ, ਉਸ 'ਤੇ ਚੰਗੀ ਤਰ੍ਹਾਂ ਸਮਝਾਓ। ਪਰ ਮਾਇਆ ਇੰਨੀ ਪ੍ਰਬਲ ਹੈ ਜੋ ਸਭ ਕੁਝ ਭੁਲਾ ਦਿੰਦੀ ਹੈ। ਇੱਥੇ ਤਾਂ ਦੋਵੇਂ ਲਾਈਟਸ ਇਕੱਠੀਆਂ ਹੈ, ਇੱਕ ਬਾਪ ਦੀ ਇੱਕ ਇਹਨਾਂ ਦੀ, ਦੋਵੇਂ ਜ਼ਬਰਦਸਤ ਹੈ। ਪਰ ਇਹ ਕਹਿੰਦੇ ਹੈ ਤੁਸੀਂ ਇਹ ਹੀ ਜ਼ਬਰਦਸਤ ਲਾਈਟ ਨੂੰ ਫੜੋ, ਇੱਕ ਹੀ ਜ਼ਬਰਦਸਤ ਲਾਈਟ ਨੂੰ ਫੜੋ। ਸਾਰੇ ਬੱਚੇ ਇੱਥੇ ਭੱਜਦੇ ਹੈ, ਸਮਝਦੇ ਹੈ ਡਬਲ ਲਾਈਟ ਹੈ। ਬਾਪ ਸਾਹਮਣੇ ਇਹ ਸੁਣਾਉਂਦੇ ਹੈ, ਗਾਇਨ ਹੈ, ਤੁਮੀ ਸੇ ਸੁਣੋ ਤੁਮੀ ਸੇ ਬੋਲੋ, ਪਰ ਇਵੇਂ ਨਹੀਂ, ਇੱਥੇ ਬੈਠ ਜਾਣਾ ਹੈ, 8 ਦਿਨ ਕਾਫੀ ਹੈ, ਜੇਕਰ ਬਿਠਾ ਦੇਈਏ ਤਾਂ ਢੇਰ ਹੋ ਜਾਣ। ਡਰਾਮਾ ਅਨੁਸਾਰ ਸਭ ਕੁਛ ਚੱਲਦਾ ਰਹਿੰਦਾ ਹੈ, ਪਰ ਤੁਹਾਨੂੰ ਅੰਦਰੂਨੀ ਖੁਸ਼ੀ ਬਹੁਤ ਹੋਣੀ ਚਾਹੀਦੀ ਹੈ। ਹੁਣ ਖੁਸ਼ੀ ਉਹਨਾਂ ਨੂੰ ਹੁੰਦੀ ਹੈ ਜੋ ਆਪ ਸਮਾਨ ਬਣਾਉਂਦੇ ਹੈ, ਪ੍ਰਜਾ ਬਣਾਉਣ ਤਾਂ ਹੀ ਤਾਂ ਰਾਜਾ ਬਣ। ਪਾਸਪੋਰਟ ਵੀ ਚਾਹੀਦਾ ਹੈ, ਬਾਬਾ ਤੋਂ ਕੋਈ ਪੁੱਛੇ ਤਾਂ ਬਾਬਾ ਝੱਟ ਕਹਿੰਦੇ ਹੈ, ਆਪਣੇ ਨੂੰ ਦੇਖੋ ਮੇਰੇ ਵਿੱਚ ਕੀ ਅਵਗੁਣ ਹੈ। ਸੁਸਤੁਤੀ ਨਿੰਦਾ ਸਭ ਸਹਿਣ ਕਰਨਾ ਪੈਂਦੀ ਹੈ। ਜੋ ਯੋਗ ਵਿੱਚ ਮਿਲੇ ਉਸ ਵਿੱਚ ਖੁਸ਼ ਰਹਿਣਾ ਹੈ। ਯੋਗ ਦੇ ਭੋਜਨ ਨਾਲ ਤਾਂ ਬੜਾ ਪਿਆਰ ਚਾਹੀਦਾ ਹੈ। ਸੰਨਿਆਸੀ ਥਾਲੀ ਧੋ ਕੇ ਪੀਂਦੇ ਹੈ, ਕਿਉਂਕਿ ਉਹਨਾਂ ਨੂੰ ਭੋਜਨ ਦਾ ਮਹੱਤਵ ਹੈ। ਸਮੇਂ ਇਸ ਤਰ੍ਹਾਂ ਦਾ ਆਉਣਾ ਹੈ ਜੋ ਅਨਾਜ ਵੀ ਨਾ ਮਿਲੇ, ਸਭ ਕੁਛ ਸਹਿਣ ਕਰਨਾ ਪੈਂਦਾ ਹੈ, ਤਾਂ ਹੀ ਪਾਸ ਹੋ ਸਕੋਗੇ। ਅੱਛਾ, ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਕਿਸੇ ਵਿੱਚ ਵੀ ਕੋਈ ਅਵਗੁਣ ਦਿਖੇ ਤਾਂ ਆਪਣਾ ਮੂੰਹ ਮੋੜ ਲੈਣਾ ਹੈ, ਪੜ੍ਹਾਈ ਨਾਲ ਕਦੇ ਵੀ ਰੁੱਸਣਾ ਨਹੀਂ ਹੈ। ਦ੍ਰਿੜਤਾ ਗਵਾਗੂ ਸਭ ਤੋਂ ਗੁਣ ਉਠਾਉਣੇ ਹੈ।
ਨੰਬਰ ਦੂਸਰਾ, ਬਾਹਰੋਂ ਬੁੱਧੀ ਕੱਢ ਕੇ ਅੰਤਰਮੁਖੀ ਰਹਿਣ ਦਾ ਅਭਿਆਸ ਕਰਨਾ ਹੈ। ਧੰਦਾ ਧੋਰੀ ਵਿੱਚ ਰਹਿੰਦੇ ਦੇਹੀ ਅਭਿਮਾਨੀ ਰਹਿਣਾ ਹੈ, ਜਿੱਥੇ ਗੱਲਬਾਤ ਵਿੱਚ ਨਹੀਂ ਆਉਣਾ ਹੈ। ਵਰਦਾਨ ਹੈ ਅੱਜ ਦਾ, ਈਸ਼ਵਰੀ ਸੇਵਾ ਦੇ ਸੰਬੰਧ ਦੁਆਰਾ ਨੇੜੇ ਸੰਬੰਧ ਵਿੱਚ ਆਉਣ ਵਾਲੇ ਰੋਇਲ ਫੈਮਿਲੀ ਦੇ ਅਧਿਕਾਰੀ ਭਵ। ਈਸ਼ਵਰੀ ਸੇਵਾ ਦੇ ਸੰਬੰਧ ਦੁਆਰਾ ਨੇੜੇ ਸੰਬੰਧ ਵਿੱਚ ਆਉਣ ਵਾਲੇ ਰੋਇਲ ਫੈਮਿਲੀ ਦੇ ਅਧਿਕਾਰੀ ਭਵ। ਆਜ ਬਾਬਾ ਆਖਦੇ ਨੇ, ਈਸ਼ਵਰੀ ਸੇਵਾ ਦਾ ਬੰਧਨ ਨੇੜੇ ਸੰਬੰਧ ਵਿੱਚ ਲਿਆਉਣ ਵਾਲਾ ਹੈ। ਜਿੰਨੀ ਜੋ ਸੇਵਾ ਕਰਦਾ ਹੈ, ਉਤਨਾ ਸੇਵਾ ਦਾ ਫਲ ਨੇੜੇ ਸੰਬੰਧ ਵਿੱਚ ਆਉਂਦਾ ਹੈ। ਇੱਥੇ ਤੇ ਸੇਵਾਧਾਰੀ ਉੱਥੇ ਦੀ ਰੋਇਲ ਫੈਮਿਲੀ ਦੇ ਅਧਿਕਾਰੀ ਬਣਨਗੇ। ਜਿੰਨੀ ਇੱਥੇ ਹਾਈ ਸੇਵਾ ਕਰਦੇ, ਉਤਨਾ ਉੱਥੇ ਆਰਾਮ ਨਾਲ ਸਿੰਘਾਸਨ 'ਤੇ ਬੈਠਣਗੇ, ਅਤੇ ਇੱਥੇ ਜੋ ਆਰਾਮ ਕਰਦੇ ਹੈ ਉਹ ਉੱਥੇ ਕੰਮ ਕਰਨਗੇ। ਇੱਕ ਇੱਕ ਸੈਕਿੰਡ ਦਾ, ਇੱਕ ਇੱਕ ਕੰਮ ਦਾ ਹਿਸਾਬ ਕਿਤਾਬ ਬਾਪ ਦੇ ਕੋਲ ਹੈ। ਸਲੋਗਨ ਜਿੱਦਾਂ, ਖੁਦ ਦੇ ਪਰਿਵਰਤਨ ਦੁਆਰਾ ਵਿਸ਼ਵ ਪਰਿਵਰਤਨ ਦਾ ਵਾਈਬ੍ਰੇਸ਼ਨ ਤੀਵਰ ਗਤੀ ਨਾਲ ਫੈਲਾਓ। ਖੁਦ ਦੇ ਪਰਿਵਰਤਨ ਦੁਆਰਾ ਵਿਸ਼ਵ ਪਰਿਵਰਤਨ ਦਾ ਵਾਈਬ੍ਰੇਸ਼ਨ ਤੀਵਰ ਗਤੀ ਨਾਲ ਫੈਲਾਓ। ਚੰਗਾ, ਓਮ ਸ਼ਾਂਤੀ।